मांगू एक दाना साहिब तुठे पावा नानकिया दे आठ पहर गुण गावा गुण गावा कबीर सेवा को दोए कबीर सेवा को दए भले एक संत एक राम जो दाता मुक्त को संत सतनाम करता मूर्ख निर्भव निर्वैर अकाल मूर्त अजूनी सैभं गुर प्रसाद हाल सच जुगाल सच है भी सच ना कोसी भी सच एकोंकार सतनाम करता पुरख निर्भव निर्वैर अकाल मूर्त अजूनी सैभं गुर प्रसाद आज सच जुगाल सच है भी सच ना कोसी भी सच ਤਨ ਗੁਰੂ ਨਾਨਕ ਤਨ ਗੁਰੂ ਨਾਨਕ ਅੱਜ ਗੁਰੂ ਸਾਹਿਬ ਦੀ ਕਿਰਪਾ ਮਿਹਰ ਨਾਲ ਬੇਅੰਤ ਸੰਤ ਮਹਾਂਪੁਰਸ਼ ਜਥਿਆਂ ਨੇ ਹਾਜ਼ਰੀਆਂ ਭਰੀਆਂ ਨੇ ਵਕਤ ਹੁਣ ਸੁਖਮਨੀ ਸਾਹਿਬ ਦੇ ਪਾਠ ਦਾ ਹੋਣ ਵਾਲਾ ਹੈ ਸਾਰਿਆਂ ਜਥਿਆਂ ਨੂੰ ਬੇਨਤੀ ਕਿ ਸਮੇਂ ਨਾਲ ਆ ਕੇ ਸਾਰੇ ਹਾਜ਼ਰੀਆਂ ਭਰੋ ਜਿੰਨਾ ਜਿੰਨਾ ਸਮਾਂ ਮਿਲੇ ਸਾਰੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲਵੋ ਬਾਬਾ ਜੀ ਦਾ ਆਪਣਾ ਕਾਰਜ ਹੈ ਉਹ ਆਪ ਆਪਣੇ ਕਾਰਜਾਂ ਦੇ ਵਿੱਚ ਵਰਤਦੇ ਨੇ ਧੰਨ ਧੰਨ ਬਾਬਾ ਮਾਂ ਹਰਨਾਮ ਸਿੰਘ ਜੀ ਸਾਰੇ ਸਤਿਗੁਰ ਸੱਚੇ ਪਾਤਸ਼ਾਹ ਸਦਾ ਸਹਾਈ ਨੇ ਆਪ ਜੀ ਨੇ ਪਹਿਲੋਂ ਕਰਾੜੀ ਵਾਲਿਆਂ ਤੋਂ ਸੁਣਿਆ ਕਿ ਇਹ ਦਿਨ ਅੱਜ ਕਿਹੜਾ ਕਿਹੜਾ ਦਿਨ ਹੈ
ਉਸ ਦਿਹਾੜੇ ਦਾ ਸਾਰਾ ਇਤਿਹਾਸ ਸਰਵਣ ਕੀਤਾ ਹੈ। ਬੇਅੰਤ ਮਹਾਂਪੁਰਖਾਂ ਨੇ ਕਥਾ ਕੀਰਤਨ ਸਰਵਣ ਕਰਾਇਆ, ਵਡਭਾਗੀ ਸਾਰੀ ਸਾਧ ਸੰਗ, ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇੜਤ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਮਨਛੇ, ਜਿਨ ਹਰ ਨਾਮ ਹਿਰਦੇ ਪਰੋਈ। ਕਲਗੀਧਰ ਪਾਤਸ਼ਾਹ ਦੀ ਕਿਰਪਾ ਬਖਸ਼ਿਸ਼, ਇਸ ਸਥਾਨ ਦੇ ਨਾਲ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬਖਸ਼ਿਸ਼ਾਂ ਕਿਰਪਾ ਜੁੜੀਆਂ ਹੋਈਆਂ ਨੇ, ਸਾਰੇ ਸਤਿਗੁਰਾਂ ਦੀਆਂ, ਸਾਰੇ ਗੁਰਸਿੱਖਾਂ ਮਹਾਂਪੁਰਖਾਂ ਦੀਆਂ, ਭਾਈ ਭਗਤੂ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਲੈ ਕੇ ਸਾਰੇ ਸਤਿਗੁਰਾਂ ਦੀਆਂ ਕਿਰਪਾ ਬਖਸ਼ਿਸ਼ਾਂ ਇਸ ਇਲਾਕੇ ਨਾਲ ਜੁੜੀਆਂ ਹੋਈਆਂ ਨੇ। ਕਲਗੀਧਰ ਪਾਤਸ਼ਾਹ ਨੇ ਆਪ ਪ੍ਰਗਟ ਹੋ ਕੇ ਇੱਥੇ ਬਾਬਾ ਮਹਾਰਨਾਮ ਸਿੰਘ ਜੀ ਉਸ ਸਮੇਂ ਹਾਜ਼ਰ ਮੌਜੂਦ ਸੀ, ਜਿਸ ਸਮੇਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਰਸ਼ਨ ਦਿੱਤੇ। ਬਾਬਾ ਜੀ ਨੇ ਉਸ ਸਮੇਂ ਪਹਿਰੇਦਾਰ ਡਿਊਟੀਆਂ ਸਖ਼ਤ ਕਰਤੀਆਂ, ਫਿਰ ਸਾਰਾ ਦਿਨ ਕਲਗੀਧਰ ਪਾਤਸ਼ਾਹ ਦੇ ਨਾਲ ਇੱਥੇ ਗੋਸ਼ਟ ਹੋਈ, ਜਿਸ ਜਗ੍ਹਾ 'ਤੇ ਸੱਚਖੰਡ ਬਣਿਆ। ਇਹ ਮਹਾਰਾਜ ਦੀਆਂ ਬਖਸ਼ਿਸ਼ਾਂ ਕਿਰਪਾ ਜੁੜੀਆਂ ਹੋਈਆਂ ਨੇ। ਆਓ ਸਾਰੇ ਰਲ ਕੇ ਇੱਕ ਅਰਦਾਸ ਕਰੀਏ ਚਰਨਾਂ 'ਚ ਕਿ ਸਾਡੇ 'ਤੇ ਮਿਹਰਾਂ ਭਰਿਆ ਸਿਰ 'ਤੇ ਹੱਥ ਰੱਖ ਕੇ ਆਪ ਸਹਾਈ ਹੋ ਕੇ ਆਪਣਿਆਂ ਸਾਰਿਆਂ ਸੇਵਕਾਂ ਤੋਂ, ਸੰਗੀਆਂ ਤੋਂ, ਮਹਾਂਪੁਰਖਾਂ ਤੋਂ ਸੇਵਾ ਲੈਣੀ, ਕਿਉਂਕਿ ਇਹ ਸਥਾਨ ਇਹ ਬਾਬਾ ਜੀ ਕਹਿੰਦੇ ਸੀ ਡਰ ਡਰ ਕੇ ਸੇਵਾ ਕਰੋ, ਡਰ ਡਰ ਕੇ ਕਦਮ ਰੱਖੋ, ਡਰ ਡਰ ਕੇ ਭਗਤੀ ਕਰੋ, ਕੋਈ ਵੀ ਕਿਸੇ ਸਮੇਂ ਕੋਈ ਭੁੱਲ ਨਾ ਹੋ ਜਾਵੇ। ਪੜ੍ਹੋ ਸਾਰੇ ਸਭ ਥਾਈ ਹੋਏ ਸਹਾਈ। ਸਭ ਥਾਈ ਹੋਏ ਸਹਾਈ, ਧੰਨ ਗੁਰੂ ਗੋਬਿੰਦ ਸਿੰਘ ਜੀ। ਸਭ ਥਾਈ ਹੋਏ ਸਹਾਈ, ਧੰਨ ਗੁਰੂ ਗੋਬਿੰਦ ਸਿੰਘ ਜੀ।
ਰੱਬ ਚਾਹੀ ਹੋਏ ਸਹਾਏ ਧੰਨ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਧੰਨ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਧੰਨ ਗੁਰੂ ਗੋਬਿੰਦ ਸਿੰਘ ਜੀ ਸਹੀ ਹੋਏ ਸਹਾਏ ਧੰਨ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਹਰਿ ਕ੍ਰਿਸ਼ਨ ਪਿਆਰੀਏ ਸ਼੍ਰੀ ਹਰਿ ਕ੍ਰਿਸ਼ਨ ਪਿਆਰੀਏ ਜਿਸ ਜਿਚੇ ਦੁਖ ਜਾਏ ਧੰਨ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਧੰਨ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਗੋਬਿੰਦ ਸਿੰਘ ਜੀ ਤੇਗ ਬਹਾਦਰ ਸਿਮਰਿਏ ਤੇਗ ਬਹਾਦਰ ਸਿਮਰਿਏ ਕਰਨੋਂ ਦਿਆਵੇ ਤਾਈ ਸਭ ਥਾਈ ਹੋਏ ਸਹਾਏ ਧੰਨ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਥਾਈ ਹੋਏ ਸਹਾਏ ਧੰਨ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਧੰਨ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਧੰਨ ਗੁਰੂ ਗੋਬਿੰਦ ਸਿੰਘ ਜੀ Oh.
गुरु गोविंद सिंह जी। सिर मस्तक रखिया पार मरन, सच्चे पातशाह गरीब नवाज, सिर मथे ते अपना हथ रखन पार ब्रह्म परमेश्वर, हस्त कलाया रखिया परमेश्वर, हथा ते कलाया ते परमेश्वर रखिया करे, आत्म रखिया गोपाल स्वामी, आत्मा दी रखिया गोपाल स्वामी जी कर, धन चन रखिया जगदीश्वरे, सारे सुखा दी सारे पासे कारोबार संगत आप उस दी रखिया कर, जगदीश्वर स्वामी सर्व रखिया गुरु दयाले, गुरु दी रखिया सब थावां ते हुंदी है, पै दुख बनासने भगत वशरनाथ नाथे सर नानक पुरख चुते, सदा ही आपदे भगतां दी उस सहाई ने भगतां दी रखिया कर दे। इस बरसी दे समागम दे विच वध तो वध नाम सिमरन जिंदी कोई महिमा नहीं, ये बाबा जी के चरणा च भेट करना है। जिनिया माड़ा सुखमनी साहब जपजी साहब दे पाठ ये कोई ना कोई तुश भेटा जो बाबा जी मंगते हैं, जिन्हें धन नाम सिमरन का जमा कराया है वह धनी है, बाबा जी ने भेटा दिती। बाबा जी सारिया संगतां तो बाबा खेम सिंह जी पाठ करा के सुखमणी दे जपजी दे माला करा के फिर बिच आपदा लिखाउंदे सी, ओ कापियां उन्हां दियां पईयां ने कमरे च जिंदे च रोज बाबा जी नितनेम तो बगैर अपना सिमरन जोड़ दे, ते बरसी ते आण के पूरा जोड़ करके ओ सिमरन संगत दे पाठां दे नाल लिखाउंदे, ते सारे पाठां दी पर्ची लै के पूरी ते पूरी अरदास करदे ने। तन तन बाबा महर नाम सिंह जी दे अंदर गद्दी स्थान ते सेवादार जड़े नाल खड़े होंदे सी बाहर, आवाज सुनदी सी थोड़ी थोड़ी, महापुरखां ने अरदास करनी, बाबा जी ये तुहाडे संगियां दा कीता होया सिमरन जप तप पाठ ये सारा अपने खजाने च चरणा च जमा कर लो, ते जेड़ी इहदी व्याज बननी वह संगियां नूं बख्शी जानी, मूल आपदे खजाने च जमा रखना, क्योंकि संगियां दी सांझ सदा ही बनी रहे। आखो श्री वाहे, ये बाबा जी मंगदे ने बेटा नाम दी सिमरन दी। धनी वो है जिन्हें बहुत सिमरन जप तप कमाया है, कंगाल वो है जिन्हें कीता नहीं, जिन्ना ज्यादा जमा कीता चाहे संगता ने पिंड ने रल के गुरमुखा ने उपराला कीता चाहे रिश्तेदारा तो चाहे अपनी सोसाइटी सभा तो उपराला कीता है, अपने स्कूल बने ना एक स्कूल दे प्रिंसीपल मैडम वो सुना रही सी मैनू कि साडे स्टाफ वालों सारे बच्चियां वालों इन्ने लख सुखमणी साहिब दे पाठ
ਇੰਨੇ ਲੱਖਾਂ ਜਪਜੀ ਸਾਹਿਬ ਦੇ ਪਾਠ, ਇੰਨੀਆਂ ਮੂਲ ਮੰਤਰ ਦੀਆਂ ਲੱਖਾਂ ਮਾਲਾ ਉਹ ਆਪਣੇ ਸਾਰੇ ਬੱਚਿਆਂ ਵੱਲੋਂ ਕਰਾਈ, ਸਕੂਲ ਦੇ ਸਾਰੇ ਬੱਚਿਆਂ ਵੱਲੋਂ, ਅਤੇ ਬੱਚਿਆਂ ਨੇ ਪਾਠ ਕਿਵੇਂ ਕੀਤੇ? ਕਹਿੰਦੇ ਜੀ ਬੱਸਾਂ 'ਚ ਆਉਂਦਿਆਂ, ਬੱਸਾਂ ਵਿੱਚ ਜਾਂਦਿਆਂ, ਘਰਾਂ ਵਿੱਚ ਰਹਿ ਕੇ, ਆਪਣੇ ਮਾਂ ਬਾਪ ਤੋਂ ਕਰਾਏ ਨੇ, ਕਰ ਕਰਕੇ ਲਿਆ ਕੇ ਆਪਣੇ ਟੀਚਰ ਉਹਨਾਂ ਨੂੰ ਲਿਖਾਏ, ਫਿਰ ਉਹ ਸਾਰੇ ਜੋੜ ਕਰਕੇ ਲਿਆਏ। ਜਿਨ੍ਹਾਂ ਦੀ ਕਿਰਤ ਵਿੱਚ ਨਾਮ ਜਪਿਆ ਜਾਏ ਉਹਨਾਂ ਦੀ ਕਿਰਤ ਸਫਲੀ। ਜਿਸ ਡੇਰੇ ਵਿੱਚ ਨਾ ਗੁਰੂ ਘਰ ਰੱਖਿਆ ਹੋਵੇ ਅਤੇ ਨਾਮ ਜਪਿਆ ਨਾ ਜਾਏ ਅਤੇ ਸਤਿਗੁਰੂ ਫਿਰ ਉਹਨੂੰ ਲਾਣਤ ਪਾਉਂਦੇ ਆ ਵੀ ਤੇਰਾ ਨਾਮ ਕੀ ਹੈ, ਇਸ ਡੇਰੇ ਦਾ ਨਾਮ ਕੀ ਹੈ ਅਤੇ ਇਹਦੇ ਵਿੱਚ ਨਾਮ ਦੀ ਕੋਈ ਕਮਾਈ ਨਹੀਂ। ਜਿਹਨੇ ਧਰਮ ਦਾ ਬਾਣਾ ਪਾਇਆ, ਧਰਮ ਦਾ ਚੋਲਾ ਪਾਇਆ, ਆਪ ਵੀ ਬੱਚਿਆਂ ਨੂੰ ਵੀ, ਅਤੇ ਨਾਮ ਨਹੀਂ ਜਪਿਆ, ਦੂਜੇ ਕਰਮੀ ਕੀਤੇ ਨੇ ਸਿਰਫ, ਸਤਿਗੁਰੂ ਨੂੰ ਵੀ ਲਾਣਤਾਂ ਪਾਉਂਦੇ ਆ ਵੀ ਤੂੰ ਸਿੱਖੀ ਬੱਚਿਆਂ ਨੂੰ ਅਤੇ ਆਪ ਇਸ ਕਰਕੇ ਧਾਰਨ ਕੀਤੀ ਹੈ, ਤੇਰਾ ਕੋਈ ਵੀ ਨਾਮ ਨਹੀਂ, ਸਿਮਰਨ ਕੋਈ ਵੀ ਨਹੀਂ ਜਮਾ। ਇਹ ਗੁਰੂ ਸਾਹਿਬ ਲਾਣਤ ਪਾਉਂਦੇ ਆ ਜਦੋਂ ਧਰਮ ਦੇ ਭੇਖ ਧਾਰ ਕੇ ਜਾਂ ਧਾਰਮਿਕ ਸਥਾਨ ਦੇ ਉੱਤੇ ਬੈਠ ਕੇ ਨਾਮ ਨਾ ਜਪਿਆ ਜਾਏ। ਗ੍ਰਸਤ ਦੇ ਵਿੱਚ, ਕਾਰੋਬਾਰ ਦੇ ਵਿੱਚ, ਵਪਾਰ ਦੇ ਵਿੱਚ, ਯਾਤਰਾ ਦੇ ਵਿੱਚ ਨਾਮ ਜਪਿਆ ਜਾਏ ਤੇ ਉਹ ਯਾਤਰਾ ਸਫਲੀ। ਮਹਾਂਪੁਰਸ਼ ਬੜੀ ਤਾੜਨਾ ਕਰਦੇ ਨੇ ਕਿ ਭਾਈ ਭੇਟਾ ਦਿਓ ਨਾਮ ਦੀ, ਇਹ ਕਲਯੁਗ, ਕਲਯੁਗ ਨੇ ਆਪਣਾ ਜ਼ੋਰ ਪਾਇਆ ਹੋਇਆ, ਤੇ ਜ਼ੋਰ ਕਿਹੜਾ ਪਾਇਆ ਹੈ? ਸਾਰੇ ਪੜ੍ਹ ਲਓ ਇੱਕ ਵਾਰੀ ਪਿਆਰ ਨਾਲ, ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ, ਨਾਲੇ ਆਪਦੇ ਦੋਸ਼ ਮਾਫ ਕਰਾਓ ਕਿ ਅਸੀਂ ਨਹੀਂ ਨਾਮ ਜਪਿਆ, ਅਸੀਂ ਨਹੀਂ ਸਿਮਰਨ ਕੀਤਾ, ਤੇ ਸਾਡੀ ਵੀ ਲਾਜ ਰੱਖਿਓ, ਸਾਨੂੰ ਹੁਣ ਕਰਨ ਦਾ ਹੋਣੀ ਬਲ ਬਖਸ਼ ਦਿਓ, ਹੋਣੀ ਅਸੀਂ ਸੰਭਾਲ ਲਈਏ, ਹੋਣੀ ਸਭ ਨੂੰ ਬੱਚਿਆਂ ਨੂੰ ਹੁਸ਼ਿਆਰ ਕਰ ਦਈਏ। ਕਹਿੰਦੇ ਨੇ ਨਾਮ ਦੀ ਓਟ ਲਏ, ਸਿਮਰਨ ਦੀ ਓਟ ਲਏ, ਆਸਰਾ ਲਏ, ਚਾਹੇ ਦੁੱਖ ਹੈ, ਚਾਹੇ ਭੁੱਖ ਹੈ, ਚਾਹੇ ਕਮੀ ਹੈ, ਚਾਹੇ ਕੁਝ ਵੀ ਤੇਰੇ ਘਰ 'ਚ ਵਾਪਰਿਆ ਹੈ, ਤੇਰੇ ਸਰੀਰ ਨਾਲ ਇਹ ਤੈਨੂੰ ਭਜਨ ਦੀ ਕਮੀ ਹੈ, ਹੋਰ ਕੋਈ ਕਮੀ ਨਹੀਂ। ਸੇਵਾ ਵਾਲੇ ਨੂੰ ਸਤਿਗੁਰ ਕਹਿੰਦੇ ਸੇਵਾ ਕਰਦੇ ਆ ਮਾਲਾ, ਫੇਰ ਤੇਰੀ ਸੇਵਾ ਤਾਂ ਪ੍ਰਵਾਨ ਹੋਏਗੀ। ਸਾਰੇ ਪੜੋ ਚਿੱਠੀ, ਇੰਨੀ ਚਿੱਠੀ ਹੈ ਗੁਰਾਂ ਵੱਲ ਲਿਖੀ। ਚਿੱਠੀ ਨੀ ਚਿੱਠੀ ਗੁਰਾਂ ਵੱਲ ਲਿਖੀਏ, ਚਿੱਠੀ ਨੀ ਚਿੱਠੀ ਗੁਰਾਂ ਵੱਲ ਲਿਖੀਏ, ਗੁਰਾਂ ਵੱਲ ਲਿਖੀਏ, ਚਿੱਠੀ ਨੀ ਚਿੱਠੀ ਚਿੱਠੀ ਚਿੱਠੀਏ ਗੁਰਾਲ ਲਿਖੀਏ, ਚਿੱਠੀ ਚਿੱਠੀਏ ਗੁਰਾਲ ਲਿਖੀਏ, ਓ ਆਖੀ ਮੇਰੇ ਸਤਿਗੁਰ ਨੂੰ ਨਾਮ ਜਪਣੇ ਦਾ ਪੈ ਗਿਆ ਕਾਲ, ਆਖੀ ਮੇਰੇ ਸਤਿਗੁਰ ਨਾਮ ਜਪਣੇ ਦਾ ਪੈ ਗਿਆ ਕਾਲ, ਆਖੀ ਮੇਰੇ ਸਤਿਗੁਰੂ ਨੂੰ ਕਾਹਦਾ ਮੰਦੜਾ ਏ ਹਾਲ, ਆਖੀ ਮੇਰੇ ਸਤਿਗੁਰੂ ਭਗਤਾਂ ਦਾ ਮੰਦੜਾ ਏ ਹਾਲ, ਆਖੀ ਮੇਰੇ ਸਤਿਗੁਰੂ ਤੇਰੇ ਸੇਵਕਾਂ ਦਾ ਮੰਦੜਾ
आखी मेरे सतगुरु चिट्ठिए नी चिट्ठिए गुराल लिखिए चिट्ठिए नी चिट्ठिए गुराल लिखिए आखी मेरे सतगुरु नु तेरे सेवका दा मंगला हाल आखी मेरे सतगुरु नु नाम जपने दा पै गया काल आखी मेरे सतगुरु नु चिट्ठिए नी चिट्ठिए गुरा वल लिखिए चिट्ठिए नी चिट्ठिए वल लिखिए आखी मेरे सतगुरु तेरे सेवका दा मंदड़ा है हाल आखी मेरे सतगुरु मेरे सतगुरु होण दयाल आखी मेरे सतगुरु नु काट देन मेरे सारे जंजाल आखी सतगुरु नु चिट्ठिए नी चिट्ठिए गुरवल लिखिए चिट्ठिए नी चिट्ठिए गुरवल लिखिए आखी मेरे सतगुरु मुख नाम जपना है कोई चीज नहीं बड़ी केंद्र तू सोने दे मंदिर दान कर हाथी घोड़े दान कर अन्न वस्त्र भूम भौ अर्पे नहीं मिलिए हर द्वार जे भेटा देनी है ते नाम दी दे दे नाम बिना कालक मूह नूं लगी कहिंदे नाम तो बगैर हलका कुत्ता है भी कुत्ते हलके वांगू तू भज्जिया फिरदा है नाम तो बिना कमड़ा लगया फिर कमड़ा जो कुकर हलकाया नाम तो बिना बोरा नाम बिना सब जग बोराया तेरे पुत्रा तेरे परिवार तू केहो जिहा कारोबार गुरु तो लेना चाहना है ये भाई सतगुरु कहिंदे ने उदम करके हरी दा नाम जप चंगा कारोबार ले नाम जप जप के तेरे कारोबार च नाम जपिया जाए तू केहो जिहा बच्चा लेना चाहना है उन्दे चंगे संस्कार बन जाणगे पहलो तेरे नाम जपण नाल तेरी कुख विच ते फिर साधुआं दी संगत करन दे नाल तेरी बाणी पढ़न दे नाल तेरी गोद विच संग दे विच महापुरखां दे संग दे नाल किन्ना मर्जी बच्चे नूं गुरमुख बना ली किन्ना कर्मां वाला किन्नी उच्ची कुल विच जंगे जम्मिया होवे किन्ना सोहणा होवे कहिंदे जे नाम नहीं जपिया ते ओह बहुत माड़े कर्मां वाला है बहुत माड़ा ये दात गुरु नानक दे दर तो मंग बाबा जी वंड दे सी नाम वंड दे सी असी क्या सी वंड दे हां चादरां खेस कोटियां कोट कंबल संगतां नूं वंड दे हां असी है ही इहो देण जोगे सतगुरु सिख को नाम धन दे गुर का सिख वड पागी है सतगुरु दे कोल नाम दा ताणी ओ आपदे सिखां नूं नाम दा तन दिंदे आ ते सिख वड्डियां भागां वाले बन जांदे आ ए नाम जपण दे जिहड़े चोर ने ओ फिर होर दी होर कम करदे आ नाम नहीं जपदे चंगे शुभ कर्म जिहड़े करदे आ ना ओ चंगे बनन वास्ते जे पुण दान कोई चंगे काम कराउंदे करदे परपकार वाले ओ इसलिए करदे कि असीं बहुत चंगे गिणे जाइए संसार च
ਪਰ ਸਤਿਗੁਰ ਕਹਿੰਦੇ ਤੂੰ ਨਾਮ ਜਪ, ਕਿੰਨਾ ਵੀ ਜਿਸ ਨੀਚ ਕੋਈ ਨਾ ਜਾਣੇ, ਨਾਮ ਜਪਤ ਚੌਕੁੰਟ ਮਾਨੇ। ਜਿਸ ਪਾਪੀ ਕੋਈ ਦੇਹ ਨਾ ਢੋਈ, ਸ਼ਰਨ ਆਵੇ ਤੇ ਨਿਰਮਲ ਹੋਈ। ਹੋਣੀ ਜਪਣਾ ਜੇ ਆ ਦਿਨ ਰਹਿ ਗਏ ਆ ਨਾ, ਅੱਜ ਬਰਸੀ ਦੇ ਚਾਰ ਪੰਜ ਦਿਨ ਰਹਿ ਗਏ ਆ, ਇਹੀ ਧਾਰ ਲਾ ਕੇ ਪੰਜ ਦਿਨ ਮੈਂ ਦਿਨ ਰਾਤ ਕਰਕੇ ਸਿਮਰਨ ਕਰਕੇ ਬਾਬਾ ਜੀ ਦੇ ਚਰਨਾਂ 'ਚ ਲਿਖਾਉਣਾ ਹੈ, ਇਹੀ ਸੰਭਾਲ ਆ। ਕਹਿੰਦੇ ਨੇ ਬੰਦਾ ਡਿੱਗ ਪਿਆ ਹੈ, ਡੁੱਬ ਗਿਆ, ਡੁੱਬਦਾ ਪਿਆ ਹੈ, ਇੱਕ ਤਿਣਕੇ ਦਾ ਵੀ ਸਹਾਰਾ ਮਿਲ ਜੇ ਨਾ ਤਾਂ ਕਈ ਵਾਰੀ ਤਰ ਜਾਂਦਾ, ਹੱਥ ਪੈ ਜੇ ਹੁੰਦਾ। ਮੈਂ ਨਹਿਰ ਵੱਡੀ 'ਚ ਛਾਲ ਮਾਰਤੀ, ਹੱਥ ਨਾ ਪਵੇ ਕਿਤੇ, ਅਤੇ ਇੰਨਾ ਤਰਨਾ ਵੀ ਨਹੀਂ, ਤਰ ਵੀ ਨਹੀਂ ਸਕਦਾ ਸੀ। ਸਰਹੰਦ ਵੱਡੀ ਨਹਿਰ ਦੇ ਵਿੱਚ ਪੁੱਲ ਦੇ ਉੱਤੋਂ ਛਾਲ ਮਾਰਤੀ, ਉਹਦੇ 'ਚ ਨਿਕਲਣਾ ਵੀ ਔਖਾ ਬਾਹਰ। ਜਦੋਂ ਛਾਲ ਮਾਰੀ ਤਾਂ ਥੱਲੇ ਵੀ ਬਹੁਤ ਚੜਾ ਗਿਆ, ਦੇਰ ਨਾਲ ਉੱਪਰ ਆਇਆ। ਅੱਗੇ ਤਰਦੇ ਤਰਦੇ ਮੈਂ ਪਾਸੇ ਹੱਥ ਪਾਵਾਂ ਕਿਤੇ ਪਏ ਨਾ, ਇੱਕ ਛੋਟਾ ਜਿਹਾ ਕੋਈ ਬੂਚਾ ਜਿਹਾ ਆਇਆ, ਬਾਬਾ ਜੀ ਨੂੰ ਯਾਦ ਕੀਤਾ, ਉਹਨੂੰ ਪੈ ਗਿਆ ਹੱਥ, ਉਹਨੂੰ ਹੱਥ ਪੈ ਗਿਆ। ਫਿਰ ਥੋੜ੍ਹਾ ਜਿਹਾ ਇੱਟ ਵਿੱਚ ਅੜ ਗਿਆ, ਹੋਰ ਕਿਸੇ ਪਾਸੇ ਸਹਾਰਾ ਮਿਲ ਗਿਆ। ਕੋਲ ਖੜ੍ਹੇ ਹੋਏ ਸੀ, ਉਹਨਾਂ ਨੇ ਨਾਲ ਸਹਾਰਾ ਦੇ ਤਾ। ਇੱਕ ਤਿਣਕਾ ਵੀ ਬੜਾ ਹੁੰਦਾ ਹੈ ਕਈ ਵਾਰੀ ਡੁੱਬਦੇ ਨੂੰ, ਡੁੱਬਦਾ ਡੁੱਬਦਾ ਹੈ ਅਤੇ ਤਰਨ ਲਈ ਥੋੜ੍ਹਾ ਜਿਹਾ ਵੀ ਸਹਾਰਾ ਮਿਲ ਜੇ ਅਤੇ ਬੰਦਾ ਫਿਰ ਡੁੱਬਦਾ ਨਹੀਂ ਆ। ਬਾਬਾ ਜੀ ਦੇ ਚਰਨਾਂ 'ਚ ਪਾਠ ਸਿਮਰਨ ਭੇਟਾ ਕਰੋ, ਬੱਚੀਆਂ ਚਾਰ ਚਾਰ ਪੰਜ ਪੰਜ ਪਾਠ ਸੰਗਤ ਨਾਲ ਮਿਲ ਕੇ ਕਰਦੀਆਂ। ਇੱਥੇ ਗੁਰਮੁਖ ਪਿਆਰੇ ਸਾਡੇ ਸੁਭਾਅ ਨਹੀਂ, ਸਾਡੀ ਲਗਨ ਨਹੀਂ, ਕੰਮ ਜਿਹੜਾ ਮਰਜ਼ੀ ਮਹਾਰਾਜ ਸਾਡੇ ਤੋਂ ਕਰਾ ਲਓ, ਪਰ ਅਸੀਂ ਪਾਠ ਨਹੀਂ ਕਰ ਸਕਦੇ, ਮਾਲਾ ਨਹੀਂ ਫੇਰ ਸਕਦੇ। ਇਹ ਤਾਂ ਬੜੀ ਮੁਸੀਬਤ ਹੈ। ਇਹ ਕਲਯੁਗ ਨੇ ਆਪਦਾ ਆਸਣ ਲਾਇਆ ਜਿਹਨੂੰ ਨਾਮ ਨਹੀਂ ਜਪਣ ਦਿੰਦਾ। ਸਾਰੇ ਪਾਪ ਗਣਕਾ ਪਾਪਣ ਦੇ ਧੋਤੇ ਗਏ, ਕਾਹਦੇ ਨਾਲ? ਨਾਮ ਜਪ ਕੇ। ਮਾਇਆ ਬੜੀ ਇਕੱਠੀ ਕੀਤੀ ਸੀ ਉਹਨੇ ਪਾਪਾਂ ਦੇ ਕਰਮਾਂ ਤੋਂ, ਮਾਇਆ ਨਹੀਂ ਧੋ ਸਕਦੀ ਸੀ ਮਹਾਂਪੁਰਸ਼ਾਂ ਦੀ ਸੰਗਤ, ਅਤੇ ਨਾਮ ਨੇ ਗਣਕਾ ਪਾਪਣ ਦੇ ਪਾਪ ਧੋ ਦਿੱਤੇ, ਜਾਮਣ ਪਾਪੀ ਦੇ ਪਾਪ ਧੋ ਦਿੱਤੇ। ਭਾਈ ਜਿੰਨੇ ਵੀ ਜਪਿਆ, ਬਾਲਮੀਕ ਜੀ ਭਗਤ ਕਿੰਨੇ ਵੱਡੇ ਹੋਏ, ਉਹਨਾਂ ਦੇ ਨਾਮ ਨੇ ਪਾਪ ਧੋ ਦਿੱਤੇ। ਤੂੰ ਵੀ ਸਿਮਰਨ ਭਜਨ ਕਰ। ਕਿਸੇ ਰਾਜੇ ਨੇ ਕਿਸੇ ਗਰੀਬ 'ਤੇ ਖੁਸ਼ ਹੋ ਕੇ ਚੰਦਨ ਦਾ ਬਾਗ ਦੇ ਤਾ। ਉਹ ਲੱਕੜਾਂ ਕੋਲੇ ਬਣਾ ਕੇ ਵੇਚਣ ਵਾਲਾ ਬੰਦਾ ਸੀ, ਉਹਨੇ ਚੰਦਨ ਦੇ ਕੋਲੇ ਬਣਾ ਕੇ ਵੇਚਤੀ। ਜਦੋਂ ਚੰਦਨ ਦਾ ਮੁੱਲ ਪਿਆ ਥੋੜ੍ਹਾ ਬਹੁਤ, ਅਸ ਕਿਸੇ ਨੇ ਸਮਝਾਇਆ ਅਤੇ ਫਿਰ ਉਹ ਮੱਥੇ 'ਤੇ ਹੱਥ ਮਾਰੇ। ਸਾਰ ਨਾ ਜਾਣੀ ਚੰਦਨ ਬਿਰਸ਼ ਦੀ, ਕੋਲੇ ਸਾੜ ਬਣਾਇਆ ਵੇਲਾ ਹੱਥ ਨਾ ਆਇਆ, ਮੁੜ ਕੇ ਜਾਂ ਪਾਰਕ ਸਮਝਾਇਆ। ਜਦੋਂ ਪਾਰਖੂ ਨੇ ਸਮਝਾਇਆ, ਸੇਵਾ ਕੰਮ ਜਿਹੜਾ ਮਰਜ਼ੀ ਕਰਾ ਲਓ, ਪਰ ਕਹਿੰਦੇ ਨਾਮ ਨਹੀਂ ਜਪਿਆ ਜਾਣਾ। ਮਹਾਂਪੁਰਖਾਂ ਦਾ ਹੁਕਮ ਹੈ ਭਾਈ, ਨਾਮ ਜਪੋ, ਸਿਮਰਨ ਕਰੋ। ਇੱਕ ਛੋਟਾ ਜਿਹਾ ਮੁੰਡਾ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਕੋਲ ਆ ਗਿਆ। ਸਾਰਿਆਂ ਤੋਂ ਪਹਿਲਾਂ ਬਿਹੰਗ ਪਿੰਡ ਮਸੀਤਾਂ ਦਾ ਬੰਦਾ, ਬਾਬਾ ਜੀ ਨੇ ਨਾਂ ਵਿੱਚ ਲਾੜ ਵਿੱਚ ਨਾਂ ਰੱਖਿਆ ਪੱਪੂ। ਉਹਨੂੰ ਗੋਦੀ 'ਚ ਬਿਠਾਉਣ, ਉਹਨੂੰ ਜੋੜੀ ਸਿਖਾਉਣ, ਉਸ ਸਮੇਂ ਬਾਬਾ ਕੁੰਦਨ ਸਿੰਘ ਕੋਲ ਬਾਬਾ ਈਸ਼ਰ ਸਿੰਘ ਦਾ ਦਿੱਤਾ ਇੱਕ ਕਮਰਾ ਸੀ, ਕੱਚੀ ਕੁੱਲੀ ਸੀ, ਉਹਦੇ ਵਿੱਚ ਹੀ ਉਹਨੂੰ ਨਾਲ ਰੱਖਣ, ਸਾਰੀ ਸਿਖਲਾਈ ਦੇਣ, ਉਹ ਜੋੜੀ ਵਜਾਵੇ। ਨਿੱਕਾ ਜਿਹਾ ਸੀ, ਵੱਡਾ ਹੋਇਆ, ਦੀਵਾਨ 'ਚ ਜੋੜੀ ਵਜਾਵੇ ਤਾਂ ਉਹਦੇ ਥੱਲੇ ਇਹਨੂੰ ਰੱਖਣ, ਸਰਾਣੇ ਰੱਖਣ, ਇਹਦੇ ਤਬਲੇ ਦੇ ਬਰਾਬਰ ਕਰਨ।
ਪਰ ਉਹ ਨਾਮ ਨਹੀਂ ਜਪਦਾ ਸੀ, ਪਾਠ ਨਹੀਂ ਕਰਦਾ ਸੀ, ਸਿਮਰ ਨਹੀਂ ਕਰਦਾ ਸੀ। ਸ਼ਰਾਰਤੀ ਹੋ ਗਿਆ ਜ਼ਿਆਦਾ, ਬਾਬਾ ਜੀ ਨੇ ਉਹਨੂੰ ਲਾਡ ਲੜਾਏ। ਕਹਿੰਦੇ ਨੇ ਭਾਈ ਜਿਹੜਾ ਪਾਣੀ ਹੈ ਨਾ ਸੁੱਕਿਆਂ ਨੂੰ ਹਰਿਆ ਕਰ ਦਿੰਦਾ, ਪਹਾੜਾਂ ਦੇ ਰੁੱਖ ਸੁੱਕੇ ਪਏ ਹੋਣ ਨਾ ਅਤੇ ਬਾਰਿਸ਼ ਗਿਰ ਜੇ ਕਿਤੇ ਅਤੇ ਸੁੱਕੇ ਤੀਲੇ ਸੁੱਕੀਆਂ ਸੜੀਆਂ ਸਭ ਪਹਾੜ ਦੇਖਿਆ ਜੀ, ਫਿਰ ਕਿਵੇਂ ਹਰਾ ਹਰਾ ਪਹਿਲੋਂ ਦੇਖਿਓ ਗਰਮੀ ਦਾ ਮਾਰਿਆ ਸੁੱਕਾ ਸੁੱਕਾ, ਠੰਡ ਦਾ ਮਾਰਿਆ ਸੁੱਕਾ ਸੁੱਕਾ, ਕੋਰੇ ਨੇ ਮਾਰਿਆ ਅਤੇ ਸਾਰਾ ਸੜ ਗਿਆ ਸੁੱਕ ਗਿਆ। ਮਾਘ ਫੱਗਣ ਦੀਆਂ ਰੁੱਤਾਂ ਆਈਆਂ ਅਤੇ ਉਹ ਸਾਰੀ ਹਰੇ ਹੋ ਗਏ। ਪਹਾੜ ਦੀਆਂ ਤਸਵੀਰਾਂ ਦੇਖਦੇ ਜੇ ਇਵੇਂ ਲੱਗਦਾ ਜਿਵੇਂ ਸੜਿਆ ਅਤੇ ਸੁੱਕਾ, ਇੱਥੇ ਇੱਕ ਤੀਲਾ ਵੀ ਨਹੀਂ ਹਰਾ। ਜਦੋਂ ਬਰਸਾਤ ਗਿਰਦੀ ਹੈ ਤਾਂ ਸਾਰਾ ਪਹਾੜ ਹਰਾ ਹੀ ਹਰਾ ਹੋ ਜਾਂਦਾ ਹੈ। ਭਾਈ ਸੁੱਕਿਆਂ ਸੜਿਆਂ ਨੂੰ ਉਹਦੀ ਮਿਹਰਾਂ ਅਤੇ ਕਿਰਪਾ ਬਖਸ਼ਿਸ਼ਾਂ ਦੀ ਬਰਸਾਤ ਹਰਿਆ ਕਰ ਦੇਗੀ। ਜੇ ਕਿਤੇ ਪਾਣੀ ਡੋਬ ਗਿਆ ਤਾਂ ਫਿਰ ਨਹੀਂ ਹਰੇ ਹੋਣੇ। ਪਾਣੀ ਆ ਗਿਆ ਨਾ, ਪਾਣੀ ਦਾ ਹੜ ਆ ਗਿਆ ਅਤੇ ਡੁੱਬ ਗਿਆ, ਉਹ ਜਿਹੜੇ ਜਿਹੜੇ ਡੁੱਬ ਗਏ ਰੁੜ ਗਏ ਗਲਾ ਜੜ੍ਹਾਂ ਸੜ ਗਈਆਂ ਉਹਨਾਂ ਦੀਆਂ, ਉਹ ਹੁਣ ਭਾਈ ਹਰੇ ਨਹੀਂ ਹੋ ਸਕਦੇ। ਜਿਨ੍ਹਾਂ ਨੂੰ ਬਹੁਤ ਦਿੱਤਾ, ਬੜੇ ਲਾੜ ਲੜਾਏ, ਬਹੁਤ ਪਰਮੇਸ਼ਰ ਨੇ ਖੁਸ਼ੀ ਮਾਇਆ ਦਿੱਤੀ, ਬਹੁਤ ਵਡਿਆਈਆਂ ਦਿੱਤੀਆਂ, ਉਹਨਾਂ ਦੇ ਦਾਤੇ ਦੀ ਮਿਹਰਾਂ ਦਾ ਹੜ ਆ ਕੇ ਉਹਨਾਂ ਦੀਆਂ ਜੜ੍ਹਾਂ ਕਰ ਗਈਆਂ, ਇਹਨਾਂ ਕੋਈ ਦਿੱਤਾ, ਹੁਣ ਉਹ ਹਰੇ ਨਹੀਂ ਹੋ ਸਕਦੇ। ਉਹ ਹਰੇ ਨਹੀਂ, ਉਹ ਪਾਣੀ ਦਾ ਮਾਰਿਆ ਹੋਇਆ ਹਰਾ ਹੋ ਨਹੀਂ ਸਕਦਾ, ਅਤੇ ਧੁੱਪ ਗਰਮੀ ਸਰਦੀ ਦਾ ਮਾਰਿਆ ਹੋਇਆ ਪਾਣੀ ਹਰਾ ਕਰ ਦੇਗਾ। ਜੇ ਪਾਣੀ ਨੇ ਮਾਰਿਆ ਫਿਰ ਨਹੀਂ ਹਰਿਆ ਹੋ ਸਕਦਾ। ਉਹ ਦੁਨੀਆ ਦੇ ਦੁੱਖਾਂ ਦਲਿੱਦਰਾਂ ਦਾ ਹਰ ਪਾਸਿਓਂ ਘੇਰਿਆ ਹੋਇਆ ਤੂੰ ਹਰਾ ਹੋ ਜਾਏਗਾ। ਜੇ ਗੁਰੂ ਦੀਆਂ ਬੜੀਆਂ ਕਿਰਪਾ ਸੀ ਤੇਰੇ 'ਤੇ, ਬੜੀਆਂ ਮਿਹਰਾਂ ਸੀ, ਬੜੀਆਂ ਬਖਸ਼ਿਸ਼ਾਂ ਸੀ, ਤੂੰ ਸੰਭਾਲਿਆ ਨਹੀਂ, ਅਤੇ ਹੁਣ ਤੂੰ ਇਹਨਾਂ ਚੀਜ਼ਾਂ ਦਾ ਮਾਰਿਆ ਗਿਆ ਹੈ, ਹੁਣ ਤਾਂ ਫਿਰ ਕੰਮ ਖਤਮ ਹੀ ਹੈ, ਹੁਣ ਹਰਾ ਨਹੀਂ ਹੋ ਸਕਦਾ। ਗੁਰੂ ਨੇ ਵਡਿਆਈਆਂ ਦਿੱਤੀਆਂ ਕਾਹਦੇ ਵਾਸਤੇ? ਗੁਰੂ ਨੇ ਇੰਨਾ ਕੁਝ ਦਿੱਤਾ ਉਹਨੂੰ ਨਾਲ ਰੱਖਣ, ਹਰ ਵੇਲੇ ਉਹਦਾ ਖਿਆਲ ਰੱਖਣ। ਬਾਬਾ ਕੁੰਦਨ ਸਿੰਘ ਜੀ ਗੁਰੂ ਸਾਹਿਬ ਦੀ ਸੇਵਾ ਕਰਦੇ, ਪਰ ਦਿਨ ਪ੍ਰਤੀ ਦਿਨ ਵਿਗੜਦਾ ਗਿਆ। ਮੈਂ ਵੀ ਉਹਦੇ ਨਾਲ ਬੜੀ ਦੋਸਤੀ ਪਾਲੀ, ਸਭ ਤੋਂ ਇੱਕ ਨੰਬਰ ਕਮਰਾ ਉਹਨੂੰ ਦਿੱਤਾ। ਵੱਡਾ ਹੋਇਆ, ਆਦਤਾਂ ਬਹੁਤ ਮਾੜੀਆਂ ਹੋ ਗਈਆਂ। ਮੈਨੂੰ ਬਾਬਾ ਜੀ ਕਹਿੰਦੇ ਉਹਦਾ ਸੰਗ ਛੱਡ ਦੇ। ਮੈਨੂੰ ਉਹਨੇ ਬੜਾ ਪੜ੍ਹਾਇਆ ਸੀ, ਬੜਾ ਯਾਰ ਬਣਾਇਆ ਸੀ ਪੱਕਾ, ਅਤੇ ਮੈਂ ਕਿਤੇ ਕਹਿਤਾ ਕਿ ਮੈਂ ਪੱਪੂ ਨੂੰ ਨਹੀਂ ਛੱਡਾਂਗਾ, ਬਾਬਾ ਜੀ ਨੂੰ ਛੱਡ ਸਕਦਾ, ਬਾਬਾ ਜੀ ਨੂੰ ਦੱਸਦਾ। ਪਰ ਫਿਰ ਵੀ ਬਾਬਾ ਜੀ ਦੇ ਪਤਾ ਨਹੀਂ ਕੀ ਦਇਆ ਆ ਗਈ, ਦਿਆਲਤਾ ਆ ਗਈ। ਉਹਦਾ ਮਹਾਂਪੁਰਖਾਂ ਨੇ ਮੈਨੂੰ ਕਹਿੰਦੇ ਸੰਗ ਛੱਡ ਦੇ। ਉਹਨਾਂ ਨੂੰ ਪਤਾ ਸੀ ਹੁਣ ਇਹ ਨਹੀਂ ਸੰਭਲ ਸਕਦਾ, ਇਹਦੇ ਕੋਲ ਅੰਮ੍ਰਿਤ ਵੇਲੇ ਦੀ ਬਾਣੀ ਨਹੀਂ, ਇਹਦੇ ਕੋਲ ਗਰੀਬੀ ਨਿਮਰਤਾ ਨਹੀਂ, ਇਹਨੂੰ ਪਤਾ ਨਹੀਂ, ਇਹ ਹੁਣ ਸੰਭਲਣਾ ਨਹੀਂ। ਅਖੀਰ 'ਤੇ ਫਿਰ ਮਹਾਂਪੁਰਸ਼ਾਂ ਦਾ ਮਨ ਬੜਾ ਹੀ ਦੁਖੀ ਹੋ ਗਿਆ ਉਹਦੇ ਤੋਂ, ਉਹਦੀਆਂ ਹਰਕਤਾਂ ਹੱਦੋਂ ਵੱਧ ਮਾੜੀਆਂ, ਅਤੇ ਫਿਰ ਚਲਾ ਗਿਆ ਛੱਡ ਕੇ। ਫਿਰ ਜਾ ਕੇ ਵਿਆਹ ਵੂਹ ਕਰਾ ਲਿਆ, ਫਿਰ ਪੱਠਾ ਪੁੱਠਾ ਲਾ ਲਿਆ ਅੰਮ੍ਰਿਤਸਰ ਵਾਲੇ ਪਾਸੇ, ਅਤੇ ਉਹ ਹੀ ਫਿਰ ਉਹ ਰੁਲਦਾ ਫਿਰੇ। ਇਵੇਂ ਬਾਬਾ ਈਸ਼ਰ ਸਿੰਘ ਜੀ ਕੋਲ ਇੱਕ ਮੁੰਡਾ ਆਇਆ ਨਿੱਕਾ ਜਿਹਾ, ਬਾਬਾ ਜੀ ਨੇ ਬੜੇ ਲਾੜ ਲੜਾਏ ਉਹਨੂੰ ਨਾਲ ਹੀ ਰੱਖਣ, ਉਹ ਜੋ ਮਰਜ਼ੀ ਕਰੇ ਸਭ ਦੀ ਮਾਫ਼ੀ। ਹਾਥੀ ਦੇ ਬਾਬਾ ਈਸ਼ਰ ਸਿੰਘ ਜੀ ਨੇ ਜਲੂਸ ਦੇ ਵਿੱਚ ਲਛਮਣ ਸਿੰਘ ਗਿੱਲ ਮੁੱਖ ਮੰਤਰੀ ਨੂੰ ਉਤਾਰ ਕੇ ਉਸ ਮੁੰਡੇ ਨੂੰ ਚੜਾਇਆ ਨਾਲ, ਅਤੇ ਸਭ ਦੀਆਂ ਉਹ ਸ਼ਿਕਾਇਤਾਂ ਲਾਏ ਕਰੇ, ਵਧੀਕੀਆਂ ਕਰੇ। ਬਾਬਾ ਜੀ ਕਹਿੰਦੇ ਸੀ ਇਹਦੇ ਪੁੰਨ ਬੜੇ, ਫਲਾਣਾ ਸੰਤੇ ਇਹ ਇੱਥੇ ਸਾਡੇ ਕੋਲ ਆਇਆ, ਇਹਦੇ ਪਿਛਲੀ ਤਪ ਬਹੁਤ ਹੈ, ਪਰ ਸਾਰਾ ਗੁਆ ਕੇ ਫਿਰ ਗਿਆ। ਅਤੇ ਜਦੋਂ ਗਿਆ ਫਿਰ ਕਲਕੱਤੇ ਵਾਲੇ ਇੱਕ ਹੋਟਲ 'ਤੇ ਨੌਕਰੀ ਕੀਤੀ ਭਾਂਡੇ ਮਾਂਜਣ ਦੀ, ਅਤੇ ਫਿਰ ਉੱਧਰ ਹੀ ਪਤਾ ਨਹੀਂ ਕੀ ਕੋਈ ਉਹ ਮੁੰਡੂ ਨਾਂ ਸੀ,
ਭਾਈ ਇਹ ਗੁਰੂ ਨਾਨਕ ਦੇ ਘਰ ਵਿੱਚ ਨਾਮ ਚੱਲਦਾ ਹੈ, ਸਿਮਰਨ ਚੱਲਦਾ ਹੈ, ਭਗਤੀ ਚੱਲਦੀ, ਅੰਮ੍ਰਿਤ ਵੇਲਾ ਬਾਣੀ ਨਾਲ ਪ੍ਰੀਤ ਚੱਲਦੀ ਹੈ, ਕੱਖ ਵੀ ਨਹੀਂ ਚੱਲਦਾ। ਜਿਹੜੇ ਦਿਨ ਰਹਿ ਗਏ ਆ ਚਾਰ ਪੰਜ, ਇਹਨਾਂ ਚਾਰਾਂ ਪੰਜਾਂ ਦਿਨਾਂ 'ਚ ਲਾ ਲਓ ਚੌਂਕੜਾ, ਜਪ ਲਓ, ਸਿਮਰਨ ਕਰ ਲਓ। ਡੁੱਬਦਾ 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 ਰਹਿ ਜਾਏਗਾ ਬਾਬਾ ਜੀ ਦੇ ਚਰਨਾਂ ਵਿੱਚ, ਸਾਡੀਆਂ ਮਾਲਾਂ ਦੀ, ਸਾਡੇ ਪਾਠਾਂ ਦੀ ਭੇਟਾ ਲੱਗ ਗਈ। ਜਿੱਥੇ ਜਿੱਥੇ ਵੀ ਕੋਈ ਡੇਰੇ 'ਚ ਰਵੇ, ਸਾਰਿਆਂ ਦੇ ਹੱਥ ਵਿੱਚ ਬਾਬਾ ਜੀ ਕਹਿੰਦੇ ਸੀ, ਸਾਡਾ ਬਾਬਾ ਖੇਮ ਸਿੰਘ ਜੀ ਕਹਿੰਦੇ, ਸਾਡਾ ਮਨ ਤਾਂ ਖੁਸ਼ ਹੁੰਦਾ ਹੈ ਕਿ ਡੇਰੇ ਵਿੱਚ ਰਹਿਣ ਵਾਲਾ ਹਰ ਕੋਈ, ਜਾਂ ਤਾਂ ਸੁਖਮਣੀ ਸਾਹਿਬ ਦਾ ਗੁਟਕਾ ਹੋਵੇ, ਜਾਂ ਜਪਜੀ ਸਾਹਿਬ ਦਾ, ਜਾਂ ਮਾਲਾ ਹੱਥ ਵਿੱਚ ਹੋਵੇ, ਜਾਂ ਕੀਰਤਨ ਕਰਦਾ ਹੋਵੇ, ਜਾਂ ਧਾਰਨਾ ਪੜ੍ਹਦਾ ਹੋਵੇ, ਜਾਂ ਸਤਨਾਮ ਵਾਹਿਗੁਰੂ ਜਪਾਉਂਦਾ ਹੋਵੇ, ਸਾਨੂੰ ਤਾਂ ਉਹ ਸੋਹਣੇ ਲੱਗਦੇ ਆ, ਉਹ ਚੰਗੇ ਲੱਗਦੇ ਆ। ਬਾਬਾ ਮਾਂ ਹਰਨਾਮ ਸਿੰਘ ਜੀ ਵੀ ਕਹਿੰਦੇ ਸੀ, ਸਾਨੂੰ ਉਹ ਸੇਵਕ ਚੰਗੇ ਲੱਗਦੇ ਆ ਜਿਹੜੇ ਬਈ ਬਾਬਾ ਨੰਦ ਸਿੰਘ ਜੀ ਵਾਂਗੂ ਸਵਾਸ ਖਾਲੀ ਨਾ ਜਾਣਦੇ ਹਨ, ਸਾਨੂੰ ਬੜੇ ਚੰਗੇ ਲੱਗਦੇ ਆ। ਜੇ ਕੋਈ ਐਸਾ ਸੇਵਕ ਸਾਡੇ ਕੋਲ ਆ ਜਾਏ ਤੇ ਬਾਬਾ ਮਾਂ ਹਰਨਾਮ ਸਿੰਘ ਜੀ ਕਹਿੰਦੇ, ਸਵਾਸ ਸਵਾਸ ਨਾਮ ਜਪਣ ਵਾਲਾ ਸੇਵਕ ਹੋਵੇ, ਗੁਣਾਂ ਦਾ ਗਾਹਕ ਹੋ ਕੇ ਨਾਮ ਦਾ ਭਿਖਾਰੀ ਹੋਵੇ। ਬਾਬਾ ਮਾਂ ਹਰਨਾਮ ਸਿੰਘ ਜੀ ਕਹਿੰਦੇ, ਅਸੀਂ ਸਾਰੇ ਜਨਮਾਂ ਜਨਮਾਂ ਦੀ ਕਮਾਈ ਦਾ ਭਾਂਡਾ ਉਹਦੀ ਝੋਲੀ 'ਚ ਪਲਟ ਦਿਆਂਗੇ। ਆਖੋ ਤੇ ਬਾਬਾ ਨੰਦ ਸਿੰਘ ਜੀ ਲੈ ਗਏ ਲੁੱਟ ਕੇ, ਤੇ ਪੁੱਛੋ ਵਾਲੇ ਮਹਾਂਪੁਰਖਾਂ ਨੇ ਰੋਲਾ ਪਾ ਤਾ, ਉਹ ਲੈ ਗਿਆ ਲੈ ਗਿਆ ਲੈ ਗਿਆ ਨੰਦ ਸਿੰਘ, ਲੈ ਗਿਆ ਲੈ ਗਿਆ ਨੰਦ ਸਿੰਘ, ਲੈ ਗਿਆ। ਦੇਖ ਲਓ ਬਈ, ਉਦੋਂ ਫਿਰ ਉਹ ਕਹਿੰਦੇ ਸੀ, ਅਸੀਂ 40 ਸਾਲ ਦੇ, ਅਸੀਂ 20 ਸਾਲ ਦੇ, ਅਸੀਂ ਇੱਥੇ ਮੁਖੀ ਰਹੇ, ਅਸੀਂ ਸਭ ਕੁਝ ਕਰਦੇ ਰਹੇ, ਅਸੀਂ ਬਾਬਾ ਜੀ ਦੇ ਨਾਲ ਰਹੇ, ਇਹ ਕਿਉਂ ਲੈ ਗਿਆ? ਬਾਬਾ ਜੀ ਕਹਿੰਦੇ, ਸਮਾਂ ਦੱਸੇਗਾ ਲੈ ਗਿਆ। ਅੱਜ ਪੁੱਛੋ ਸਮੇਂ ਨੂੰ ਕਿ ਬਾਬਾ ਨੰਦ ਸਿੰਘ ਕਿੱਥੇ ਆ ਤੇ ਉਹ ਕਿੱਥੇ ਨੇ ਸਾਰੇ। ਅੱਜ ਦੁਨੀਆਂ 'ਚ ਨੰਦ ਸਿੰਘ ਨੰਦ ਸਿੰਘ ਨੰਦ ਸਿੰਘ ਨੰਦ ਸਿੰਘ ਹੋ ਗਈ ਨੇ। ਆਖੋ ਸ੍ਰੀ ਵਾਹਿਗੁਰੂ। ਬਾਬਾ ਨੰਦ ਸਿੰਘ ਵੱਜਿਆ ਸਾਰੀ ਦੁਨੀਆ 'ਤੇ, ਭਗਤ ਭਗਤ ਜਗ ਵੱਜਿਆ। ਹੁਣ ਸਮਾਂ ਹੀ ਨਹੀਂ, ਕਿਉਂਕਿ ਸਮਾਂ ਬਹੁਤ ਥੋੜ੍ਹਾ ਰਹਿ ਜਾਂਦਾ ਹੈ ਸਾਰੇ, ਜਦੋਂ ਸਮਾਂ ਲਾਉਂਦੇ ਆ। ਸਾਡਾ ਗੁਰਸਾਹਿਬ ਨੇ ਨਿਯਮੀ ਇਹੋ ਜਿਹਾ ਬਣਾਇਆ ਕਿ ਜਦੋਂ ਸਾਰੇ ਸਮਾਂ ਲਾ ਲੈਣ ਫਿਰ ਲਾਈਦਾ, ਅਤੇ ਅੱਜ ਫਿਰ ਅੱਧਾ ਕੁ ਘੰਟਾ ਹੀ ਬਚਿਆ ਸੀ। ਅੱਗੇ 2 ਘੰਟਿਆਂ ਦੇ ਇਹਨਾਂ ਨੂੰ ਇਸ਼ਾਰਾ ਦਿੱਤਾ ਵੀ 2 ਘੰਟੇ ਬਚਾ ਦਿਆ ਕਰੋ। ਜਦੋਂ ਫਿਰ ਸਮੇਂ ਨਾਲ ਦਾਸ ਵੀ ਹਾਜ਼ਰ ਹੋ ਜਾਂਦਾ, ਗੁਰੂ ਸਾਹਿਬ ਸੇਵਾ ਲੈ ਲੈਂਦੇ ਆ। ਅੱਜ ਇੰਨਾ ਕੋਈ ਸਮਾਂ ਸਾਧ ਸੰਗਤ ਦੇ ਦਰਸ਼ਨਾਂ ਲਈ ਬਚਿਆ, ਹਾਜ਼ਰੀ ਪ੍ਰਵਾਨ ਕਰਿਓ। ਹੁਕਮਨਾਮਾ ਹਰਜਸ ਲਾ ਕੇ ਸਮਾਂ ਉੱਤੇ ਹੋ ਗਿਆ 5-6 ਮਿੰਟ, ਅਤੇ ਹੁਕਮਨਾਮਾ ਸਰਵਣ ਕਰੋ।